ਹਾਲੇਲੂਇਆ 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 ਸੱਚੇ ਤੇ ਸਮਰਥੀ ਪਰਮੇਸ਼ਵਰ ਜੀ, ਪ੍ਰਭੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਮਹਾਨ ਪਰਮੇਸ਼ਵਰ ਜੀ, ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਪ੍ਰਭੂ ਜੀ, ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਠਹਿਰਾਇਆ ਮੇਰੇ ਮਹਾਨ ਪਰਮੇਸ਼ਵਰ ਜੀ, ਪਵਿੱਤਰ ਆਤਮਾ ਜੀ, ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਕਿ ਪ੍ਰਭੂ ਜੀ ਸੱਚਮੁੱਚ ਤੁਸੀਂ ਸਾਨੂੰ ਸਭ ਨੂੰ ਖੁਦਾ ਬਾਪ ਇਸ ਯੋਗੇ ਸਮਝਿਆ ਕਿ ਪ੍ਰਭੂ ਅਸੀਂ ਅੱਜ ਇਸ ਸੁੰਦਰ ਅਤੇ ਪਵਿੱਤਰ ਦਿਨ ਨੂੰ ਦੇਖ ਸਕੀਏ। ਮੇਰੇ ਮਹਾਨ ਪ੍ਰਭੂ, ਅਸੀਂ ਸਭ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਜੀ ਤੁਸੀਂ ਆਪਣੀ ਵੱਡੀ ਦਇਆ ਅਤੇ ਵੱਡੀ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਪ੍ਰਾਰਥਨਾ ਦੇ ਵਿੱਚ ਆਪਣੇ ਨਾਲ ਇਕੱਠਿਆਂ ਕੀਤਾ, ਸ਼ਾਮਿਲ ਕੀਤਾ। ਸੱਚਮੁੱਚ ਮੇਰੇ ਜ਼ਿੰਦਾ ਪ੍ਰਭੂ, ਤੁਸੀਂ ਅਤਿ ਮਹਾਨ ਪਰਮੇਸ਼ੁਰ ਹੋ। ਪ੍ਰਭੂ ਜੀ, ਤੁਹਾਡੇ ਕੰਮ ਸਾਡਿਆਂ ਜੀਵਨਾਂ ਦੇ ਵਿੱਚ ਬਹੁਤ ਵੱਡੇ ਅਤੇ ਅਦਭੁਤ ਹਨ। ਪ੍ਰਭੂ ਜੀ, ਤੁਸੀਂ ਦਇਆ ਦੇ ਸਾਗਰ ਹੋ। ਖੁਦਾ ਬਾਪ, ਤੁਹਾਡੇ ਅੰਦਰ ਹਮੇਸ਼ਾ ਤੁਹਾਡੇ ਬੱਚਿਆਂ ਦੇ ਪ੍ਰਤੀ ਦਇਆ ਭਰੀ ਰਹਿੰਦੀ ਹੈ। ਪ੍ਰਭੂ, ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ, ਕਦੇ ਵੀ ਸਾਨੂੰ ਅਨਾਥ ਨਹੀਂ ਛੱਡਦੇ। ਹਮੇਸ਼ਾ ਆਪਣੇ ਪਵਿੱਤਰ ਫਤਿਹਮੰਦ ਸੱਜੇ ਹੱਥ ਦੇ ਨਾਲ ਪ੍ਰਭੂ ਤੁਸੀਂ ਸਾਨੂੰ ਸੰਭਾਲ ਕੇ ਰੱਖਦੇ ਹੋ। ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕਰ ਦਿਓ। ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਸੱਚਮੁੱਚ ਤੁਹਾਡਾ ਪਵਿੱਤਰ ਪਾਕ ਕਲਾਮ ਸਾਡੇ ਲਈ ਬਿਆਨ ਕਰਦਾ ਹੈ ਕਿ ਪ੍ਰਭੂ ਤੁਸੀਂ ਸਾਡੇ ਨਾਲ ਬਹੁਤ ਵਧੀਕ ਪ੍ਰੇਮ ਕਰਦੇ ਹੋ। ਔਰ ਮੇਰੇ ਜ਼ਿੰਦਾ ਪਰਮੇਸ਼ੁਰ, ਸੱਚਮੁੱਚ ਤੁਹਾਡਾ ਪ੍ਰੇਮ ਨਿਸਵਾਰਥ ਅਤੇ ਸੱਚਾ ਪ੍ਰੇਮ ਹੈ। ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਅਸੀਂ ਆਪਣੀ ਇੱਛਾ ਜਾਂ ਫਿਰ ਆਪਣੀ ਮਰਜ਼ੀ ਦੇ ਨਾਲ ਇਸ ਪ੍ਰਾਰਥਨਾ ਦੇ ਵਿੱਚ ਇਕੱਠੇ ਨਹੀਂ ਹੋਏ। ਪ੍ਰਭੂ ਜੀ, ਇਹ ਤੁਹਾਡਾ ਪ੍ਰੇਮ ਸੀ ਜੋ ਤੁਸੀਂ ਸਾਨੂੰ ਸਭ ਨੂੰ ਵੱਖ ਵੱਖ ਜਗ੍ਹਾਵਾਂ ਦੇ ਉੱਪਰੋਂ ਲੈ ਕੇ ਆਏ। ਇਸ ਪ੍ਰਾਰਥਨਾ ਦੇ ਵਿੱਚ ਸਾਨੂੰ ਸ਼ਾਮਿਲ ਕੀਤਾ ਇੱਕ ਵੱਡੀ ਚੰਗਿਆਈ ਅਤੇ ਵੱਡੀ ਬਰਕਤ ਸਾਨੂੰ ਦੇਣ ਦੇ ਲਈ, ਕਿਉਂ ਜੋ ਮੇਰੇ ਜ਼ਿੰਦਾ ਪਰਮੇਸ਼ੁਰ, ਤੁਸੀਂ ਸੱਚਮੁੱਚ ਆਪਣੇ ਵਾਅਦਿਆਂ ਦੇ ਸੱਚੇ ਪਰਮੇਸ਼ੁਰ ਹੋ। ਪ੍ਰਭੂ ਜੀ, ਜੋ ਵੀ ਵਾਅਦੇ ਤੁਸੀਂ ਆਪਣੇ ਪਵਿੱਤਰ ਕਲਾਮ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਕੀਤੇ ਹਨ, ਸੱਚਮੁੱਚ ਖੁਦਾ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਉਹ ਵਾਅਦੇ ਝੂਠੇ ਵਾਅਦੇ ਨਹੀਂ, ਉਹ ਵਾਅਦੇ ਸੱਚੇ ਵਾਅਦੇ ਹਨ। ਮੇਰੇ ਜ਼ਿੰਦਾ ਪ੍ਰਭੂ, ਤੁਹਾਡੇ ਕਲਾਮ ਦੇ ਵਿੱਚ ਲਿਖਿਆ ਹੈ, ਤੁਸੀਂ ਕਿਹਾ, ਜਿੱਥੇ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਦੇ ਵਿੱਚ ਇਕੱਠੇ ਹੁੰਦੇ ਹਨ, ਮੇਰਾ ਪਵਿੱਤਰ ਆਤਮਾ ਉਸ ਜਗ੍ਹਾ ਦੇ ਉੱਪਰ ਮੌਜੂਦ ਹੁੰਦਾ ਹੈ। ਖੁਦਾ ਬਾਪ, ਅੱਜ ਤੁਹਾਡਾ ਪਵਿੱਤਰ ਆਤਮਾ ਇਸ ਜਗ੍ਹਾ ਦੇ ਉੱਪਰ ਮੌਜੂਦ ਹੈ। ਸਾਡੀ ਪ੍ਰਾਰਥਨਾ ਨੂੰ, ਸਾਡੀ ਬੇਨਤੀ ਨੂੰ ਸੁਣ ਕੇ ਪੂਰੀਆਂ ਕਰਨ ਦੇ ਲਈ ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਤੁਸੀਂ ਮਹਾਨ ਖੁਦਾ ਹੋ। ਪ੍ਰਭੂ ਜੀ, ਸੱਚਮੁੱਚ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਤੁਸੀਂ ਚਾਹੁੰਦੇ ਹੋ ਤੁਹਾਡੇ ਬੇਟੇ ਅਤੇ ਤੁਹਾਡੀਆਂ ਬੇਟੀਆਂ ਸਿਰਫ ਤੁਹਾਨੂੰ ਹੀ ਪੁਕਾਰਨ। ਤੁਹਾਡੇ ਵਚਨ 'ਚ ਲਿਖਿਆ, ਤੂੰ ਦੁੱਖ ਦੇ ਵੇਲੇ ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦੇਵਾਂਗਾ। ਸੱਚਮੁੱਚ ਪ੍ਰਭੂ, ਤੁਸੀਂ ਜ਼ਿੰਦਾ ਪ੍ਰਭੂ ਜੀ, ਤੁਸੀਂ ਸਾਡੀ ਆਵਾਜ਼ ਨੂੰ ਨੇੜੇ ਹੋ ਕੇ ਸੁਣਦੇ ਹੋ, ਤੁਸੀਂ ਦੂਰ ਦੇ ਨਹੀਂ, ਤੁਸੀਂ ਨੇੜੇ ਦੇ ਪਰਮੇਸ਼ੁਰ ਜੀ। ਤੁਹਾਡੇ ਵਚਨ 'ਚ ਲਿਖਿਆ, ਮੈਂ ਦੁਖੀਏ ਦੇ ਦੁੱਖ ਨੂੰ ਕਦੇ ਵੀ ਤੁਸ਼ ਨਹੀਂ ਜਾਣਦਾ, ਨੌਨਾਂ ਦੇ ਜ਼ਖਮਾਂ ਤੋਂ ਕਿਣ ਕਰਦਾ ਹਾਂ, ਬਲਕਿ ਸੱਚਮੁੱਚ ਦੁਖੀਏ ਦੇ ਦੁੱਖਾਂ ਨੂੰ ਸੁੱਖਾਂ ਦੇ ਵਿੱਚ ਬਦਲਣ ਵਾਲੇ ਜ਼ਿੰਦਾ ਪਰਮੇਸ਼ੁਰ ਹੋ ਤੁਸੀਂ। ਸੱਚਮੁੱਚ ਉਹਨਾਂ ਦੇ ਜ਼ਖਮਾਂ ਨੂੰ ਖੁਦਾ ਬਾਪ ਤੁਸੀਂ ਨਰੋਇਆ, ਤੁਸੀਂ ਚੰਗੀਆਂ ਕਰਨ ਵਾਲੇ ਮਹਾਨ ਪਰਮੇਸ਼ੁਰ ਹੋ। ਸੱਚਮੁੱਚ ਪ੍ਰਭੂ, ਅਸੀਂ ਸਭ ਤੁਹਾਡਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਪ੍ਰਭੂ ਤੁਸੀਂ ਹਰ ਰੋਜ਼ ਸਾਨੂੰ ਖਾਣ ਦੇ ਲਈ ਭੋਜਨ ਦਿੰਦੇ ਹੋ।
ਪਹਿਨਣ ਦੇ ਲਈ ਪ੍ਰਭੂ ਸਾਨੂੰ ਕੱਪੜੇ ਦਿੰਦੇ ਹੋ। ਸੁੰਦਰ ਸਾਹ ਖੁਦਾ ਬਾਪ ਜੋ ਕੇਵਲ ਸਾਨੂੰ ਤੁਹਾਡੇ ਵੱਲੋਂ ਹੀ ਮਿਲਦੇ ਹਨ। ਔਰ ਮੇਰੇ ਜ਼ਿੰਦਾ ਪ੍ਰਭੂ, ਤੁਸੀਂ ਬੀਤੇ ਸਮੇਂ ਦੇ ਵਿੱਚ ਵੀ ਸਾਨੂੰ ਸੰਭਾਲ ਕੇ ਰੱਖਿਆ, ਸਾਡੇ ਪਰਿਵਾਰ ਨੂੰ ਸੰਭਾਲਿਆ, ਬੱਚਿਆਂ ਨੂੰ ਵੀ ਸੰਭਾਲਿਆ। ਪ੍ਰਭੂ ਜੀ, ਰਾਹਾਂ ਦੇ ਵਿੱਚ ਵੀ ਤੁਸੀਂ ਸਾਡੀ ਮਦਦ ਅਤੇ ਸਹਾਇਤਾ ਕੀਤੀ। ਆਪਣੇ ਪਵਿੱਤਰ ਪਾਕ ਸਵਰਗ ਦੂਤਾਂ ਦੇ ਨਾਲ ਅੰਧਕਾਰ ਦੀਆਂ ਸਭ ਤਾਕਤਾਂ ਨੂੰ ਪ੍ਰਭੂ ਜੀ ਤੁਸੀਂ ਸਾਡਿਆਂ ਰਾਹਾਂ ਦੇ ਵਿੱਚੋਂ ਖਤਮ ਕੀਤਾ। ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ, ਤੁਸੀਂ ਸਾਡੇ ਉੱਬੜ ਖਾਬੜ ਰਾਹਾਂ ਨੂੰ ਆਪਣੀ ਸਮਰੱਥਾ ਦੇ ਨਾਲ ਪੱਧਰਿਆਂ ਕੀਤਾ। ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਜ਼ਿੰਦਾ ਪਰਮੇਸ਼ੁਰ, ਤੁਸੀਂ ਰਾਤ ਭਰ ਸਾਨੂੰ ਸੰਭਾਲਿਆ, ਮਿੱਠੀ ਅਤੇ ਪਿਆਰੀ ਨੀਂਦ ਦਿੱਤੀ। ਔਰ ਮੇਰੇ ਜ਼ਿੰਦਾ ਖੁਦਾ, ਤੁਸੀਂ ਅੱਜ ਆਪਣੇ ਵਾਅਦੇ ਦੇ ਅਨੁਸਾਰ ਸਾਨੂੰ ਸਭ ਨੂੰ ਪ੍ਰਭੂ ਜੀ ਇਸ ਮਿੱਠੀ ਅਤੇ ਪਿਆਰੀ ਨੀਂਦ ਤੋਂ ਜਗਾਇਆ। ਔਰ ਖੁਦਾ ਬਾਪ, ਸੱਚਮੁੱਚ ਇਸ ਸੁੰਦਰ ਸਵੇਰ ਨੂੰ ਦਿਖਾਇਆ, ਸੁੰਦਰ ਦਿਨ ਨੂੰ ਦਿਖਾਇਆ ਪ੍ਰਭੂ, ਜਿਸ ਦੀ ਰਚਨਾ ਤੁਸੀਂ ਆਪਣੇ ਹੁਕਮਾਂ ਦੇ ਨਾਲ ਕੀਤੀ ਸੀ। ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਧਰਤੀ ਬੇਡੋਲ ਸੀ। ਸੱਚਮੁੱਚ ਪ੍ਰਭੂ, ਤੁਸੀਂ ਹੁਕਮ ਦਿੱਤਾ ਕਿ ਚਾਨਣ ਹੋ ਜਾਏ, ਤੁਹਾਡਾ ਉਹ ਹੁਕਮ ਪੂਰਾ ਹੋਇਆ। ਔਰ ਸੱਚਮੁੱਚ ਮੇਰੇ ਮਹਾਨ ਪਰਮੇਸ਼ੁਰ ਜੀ, ਤੁਸੀਂ ਸੱਚਮੁੱਚ ਇਸ ਦਿਨ ਨੂੰ ਸਵੇਰ ਆਖਿਆ। ਖੁਦਾ ਬਾਪ, ਮੈਂ ਤੁਹਾਡਾ ਧੰਨਵਾਦ ਕਰਦਾ ਪਰਮੇਸ਼ੁਰ ਕਿ ਤੁਸੀਂ ਇਸ ਦਿਨ ਨੂੰ ਸਾਡੇ ਲਈ ਬਣਾਇਆ। ਤੁਸੀਂ ਰਾਤ ਨੂੰ ਦਿਨ ਤੋਂ ਵੱਖਰਿਆਂ ਕੀਤਾ ਆਪਣੇ ਸ਼ਬਦਾਂ ਦੇ ਨਾਲ, ਪਾਣੀਆਂ ਨੂੰ ਇਕੱਠਿਆਂ ਕੀਤਾ ਆਪਣੇ ਪਵਿੱਤਰ ਸ਼ਬਦਾਂ ਦੇ ਨਾਲ। ਔਰ ਸੱਚਮੁੱਚ ਇਸ ਸੁੰਦਰ ਸ੍ਰਿਸ਼ਟੀ ਨੂੰ ਖੁਦਾ ਬਾਪ, ਤੁਸੀਂ ਸਾਡੇ ਲਈ ਸਾਜਿਆ ਤਾਂ ਜੋ ਅਸੀਂ ਇਸ ਵਿੱਚ ਵਾਸ ਕਰ ਸਕੀਏ ਮੇਰੇ ਜ਼ਿੰਦਾ ਪਰਮੇਸ਼ੁਰ ਜੀ। ਔਰ ਖੁਦਾ ਬਾਪ, ਸੱਚਮੁੱਚ ਇਸ ਦਿਨ ਦੁਆਰਾ ਅਸੀਂ ਤੁਹਾਡੀ ਸਮਰੱਥਾ ਨੂੰ ਆਪਣੇ ਜੀਵਨ 'ਚ ਪੂਰੀ ਹੁੰਦੀ ਦੇਖ ਰਹੇ ਹਾਂ ਕਿ ਤੁਹਾਡਾ ਆਤਮਾ ਅੱਜ ਵੀ ਸਾਡਿਆਂ ਜੀਵਨਾਂ ਦੇ ਵਿੱਚ ਕੰਮ ਕਰ ਰਿਹਾ। ਬਹੁਤ ਸਾਰੇ ਲੋਕ ਇਸ ਦਿਨ ਦਾ ਆਨੰਦ ਨਾ ਮਾਣ ਸਕੇ, ਪਰ ਪ੍ਰਭੂ ਤੁਸੀਂ ਆਪਣੀ ਵੱਡੀ ਕਿਰਪਾ ਨੂੰ ਸਾਡੇ ਉੱਪਰ ਪ੍ਰਗਟ ਕੀਤਾ ਸੀ, ਤੁਹਾਡਾ ਧੰਨਵਾਦ ਕਰਦੇ ਹਾਂ। ਸੱਚਮੁੱਚ ਪ੍ਰਭੂ, ਤੂੰ ਮੇਰਾ ਬਲ ਹੈ, ਤੂੰ ਮੇਰੀ ਬੁੱਧੀ ਹੈ, ਤੂੰ ਮੇਰੀ ਚੱਟਾਨ ਹੈ। ਪ੍ਰਭੂ, ਤੁਸੀਂ ਸਾਡੇ ਮਸਤਕ ਨੂੰ ਹਮੇਸ਼ਾ ਉੱਚਿਆਂ ਕਰਦੇ ਹੋ, ਸਾਨੂੰ ਕਦੇ ਵੀ ਪੂਛ ਨਹੀਂ ਠਹਿਰਾਉਂਦੇ, ਸਿਰ ਠਹਿਰਾਉਂਦੇ ਜੇ ਸਭ ਜਾਤੀਆਂ ਦੇ ਨਾਲੋਂ। ਪ੍ਰਭੂ, ਤੁਸੀਂ ਸਾਨੂੰ ਉੱਚਿਆਂ ਕਰਕੇ ਸਾਡੀ ਸ਼ਰਮਿੰਦਗੀ ਨੂੰ ਸਾਥੋਂ ਦੂਰ ਕਰਦੇ ਹੋ। ਸੱਚਮੁੱਚ ਪ੍ਰਭੂ, ਜਿਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡੇ ਨਾਮ ਦੀ ਜਿੰਨੀ ਵੀ ਮਹਿਮਾ ਵਡਿਆਈ ਕਰਾਂ ਉਹ ਘੱਟ ਹੈ, ਪਰ ਤੁਹਾਡੇ ਉਪਕਾਰ ਦਇਆ ਵੱਡੀ ਹੈ ਸਾਡਿਆਂ ਜੀਵਨਾਂ ਦੇ ਵਿੱਚ। ਪ੍ਰਭੂ ਜੀ, ਅਸੀਂ ਅੱਜ ਤੁਹਾਡੇ ਕੋਲੋਂ ਮਾਫ਼ੀ ਮੰਗਦੇ ਹਾਂ ਅਗਰ ਬੀਤੇ ਸਮੇਂ 'ਚ ਅਸੀਂ ਤੁਹਾਡੇ ਕਲਾਮ ਦੇ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਬਦੀ, ਕੋਈ ਅਪਰਾਧ ਜਾਂ ਕੋਈ ਗੁਨਾਹ ਕਰ ਬੈਠੇ ਹੋਈਏ ਪ੍ਰਭੂ, ਜਿਸ ਤੋਂ ਅਸੀਂ ਅਣਜਾਣ ਹੋਈਏ। ਤੁਹਾਡੇ ਵਚਨ 'ਚ ਲਿਖਿਆ, ਜੋ ਲੋਕ ਮੂੰਹ ਤੋਂ ਅੰਗੀਕਾਰ ਕਰਕੇ ਆਪਣੇ ਹਰੇਕ ਪਾਪ ਦਾ ਪਸ਼ਚਾਤਾਪ ਕਰ ਲੈਂਦੇ ਹਨ, ਬੁਰਿਆਈ ਨੂੰ ਛੱਡਦੇ ਹਨ, ਇਕਰਾਰ ਕਰਦੇ ਹਨ ਕਿ ਯਿਸੂ ਮੇਰੇ ਪ੍ਰਭੂ ਆ, ਉਹ ਮੇਰੇ ਲਈ ਧਰਤੀ ਦੇ ਉੱਪਰ ਆਏ, ਉਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਪ੍ਰਭੂ ਜੀ, ਤੁਸੀਂ ਸਾਡੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਤੁਸੀਂ ਸਾਨੂੰ ਨਵਾਂ ਜੀਵਨ ਦੇਣ ਦੇ ਲਈ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਔਰ ਪਰਮੇਸ਼ੁਰ, ਆਪਣੇ ਲਹੂ ਨੂੰ ਵਹਾ ਕੇ ਸਾਡੇ ਅਪਰਾਧ ਮਾਫ਼ ਕੀਤਾ, ਸਾਨੂੰ ਨਵਾਂ ਜੀਵਨ ਦਿੱਤਾ। ਇਸ ਜੀਵਨ ਨੂੰ ਪ੍ਰਭੂ ਅਸੀਂ ਤੁਹਾਡੇ ਹੱਥਾਂ 'ਚ ਸੌਂਪਦੇ ਹਾਂ, ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਦੁਬਾਰਾ ਪਾਪ ਦੀ ਗੁਲਾਮੀ 'ਚ ਨਾ ਜਾਈਏ। ਔਰ ਮੇਰੇ ਮਹਾਨ ਪ੍ਰਭੂ, ਜੋ ਲੋਕ ਅਜੇ ਵੀ ਪਾਪ 'ਚ, ਨਸ਼ਿਆਂ 'ਚ, ਵਿਭਿਆਚਾਰੀ 'ਚ, ਬੁਰਿਆਈ ਦੇ ਵਿੱਚ ਫਸੇ ਹੋਏ ਹਨ, ਮੇਰੇ ਜ਼ਿੰਦਾ ਪ੍ਰਭੂ, ਜਿਸ ਤਰ੍ਹਾਂ ਤੁਸੀਂ ਸਾਨੂੰ ਪਾਪ ਤੋਂ ਕੱਢਿਆ,
ਖੁਦਾ ਬਾਪ ਧਰਤੀ ਦੇ ਉੱਪਰ ਹਰੇਕ ਜਨ ਬਚਾਇਆ ਜਾਵੇ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਔਰ ਖੁਦਾ ਬਾਪ ਤੁਸੀਂ ਬਚਾ ਚੁੱਕੇ ਜੇ ਮੇਰੇ ਮਹਾਨ ਪ੍ਰਭੂ। ਅੱਜ ਜੋ ਵੀ ਲੋਕ ਇਸ ਪ੍ਰਾਰਥਨਾ ਦੇ ਵਿੱਚ ਸ਼ਾਮਿਲ ਹਨ ਜਾਂ ਇਸ ਪ੍ਰਾਰਥਨਾ ਨੂੰ ਪ੍ਰਭੂ ਜੀ ਪੂਰੇ ਵਿਸ਼ਵਾਸ ਦੇ ਦੌਰਾਨ ਇੱਕ ਮਨ ਇੱਕ ਚਿੱਤ ਲਾ ਕੇ ਸੁਣ ਰਹੇ ਹਨ, ਹਰੇਕ ਦੇ ਜੀਵਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਅੱਜ ਤੁਹਾਡਾ ਆਤਮਾ ਇਹਨਾਂ ਦੇ ਮੂੰਹ ਦੇ ਸ਼ਬਦਾਂ ਨੂੰ ਸਹੀ ਕਰੇ। ਸੱਚਮੁੱਚ ਹਰੇਕ ਨੈਗਟਿਵ ਸ਼ਬਦ ਇਹਨਾਂ ਦੇ ਮੂੰਹ ਦੇ ਵਿੱਚੋਂ ਸੱਚਮੁੱਚ ਪਰਮੇਸ਼ੁਰ ਖਤਮ ਹੋ ਜਾਵੇ। ਸੱਚਮੁੱਚ ਤੁਹਾਡੇ ਸਮਰਥੀ ਸ਼ਬਦ ਇਹਨਾਂ ਦੇ ਮੂੰਹ ਦੇ ਵਿੱਚ ਠਹਿਰ ਜਾਣ ਯਿਸੂ ਦੇ ਨਾਮ ਦੇ ਵਿੱਚ। ਖੁਦਾ ਬਾਪ ਸੱਚਮੁੱਚ ਜੋ ਵੀ ਇਹਨਾਂ ਨੇ ਬੁਰਾ ਬੋਲਿਆ ਹੈ ਜਾਂ ਸੱਚਮੁੱਚ ਬੁਰਾ ਸੁਣਿਆ ਹੈ, ਮੈਂ ਪ੍ਰਾਰਥਨਾ ਕਰਦਾ ਕਿ ਇਹਨਾਂ ਦੇ ਮਨ ਬਦਲ ਜਾਣ, ਪਾਪ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਦੂਰ ਹੋ ਜਾਣ। ਔਰ ਖੁਦਾ ਬਾਪ ਸੱਚਮੁੱਚ ਇਹਨਾਂ ਦੇ ਮੂੰਹ ਦੇ ਸ਼ਬਦ ਅੱਜ ਤੋਂ ਸਮਰਥੀ ਸ਼ਬਦ ਹੋ ਜਾਣ ਯਿਸੂ ਦੇ ਨਾਮ ਦੇ ਵਿੱਚ। ਔਰ ਸੱਚਮੁੱਚ ਮੇਰਾ ਵਿਸ਼ਵਾਸ ਹੈ ਪ੍ਰਭੂ ਤੁਹਾਡਾ ਆਤਮਾ ਸੱਚਮੁੱਚ ਇਸ ਪ੍ਰਾਰਥਨਾ ਦੇ ਨਾਲ ਇਹਨਾਂ ਦੇ ਮੂੰਹ ਦੇ ਸ਼ਬਦਾਂ ਨੂੰ ਸਹੀ ਕਰੇਗਾ। ਔਰ ਸੱਚਮੁੱਚ ਇਹ ਖੁਦਾ ਬਾਪ ਆਪਣੇ ਮੂੰਹ ਦੇ ਸ਼ਬਦਾਂ ਨੂੰ ਇਸਤੇਮਾਲ ਕਰਨ ਵਾਲੇ ਬਣ ਜਾਣ। ਸੱਚਮੁੱਚ ਇਹਨਾਂ ਦੇ ਮੂੰਹਾਂ ਦੇ ਵਿੱਚ ਤੁਹਾਡੇ ਵਚਨ ਠਹਿਰ ਜਾਣ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ। ਸੱਚਮੁੱਚ ਖੁਦਾ ਬਾਪ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਲਾਜ਼ਰ ਸੱਚਮੁੱਚ ਮਰ ਚੁੱਕਾ ਸੀ, ਪਰ ਪਰਮੇਸ਼ੁਰ ਸੱਚਮੁੱਚ ਤੁਸੀਂ ਲਾਜ਼ਰ ਨੂੰ ਹੁਕਮ ਦਿੱਤਾ। ਤੁਹਾਡੇ ਕਲਾਮ ਬਿਆਨ ਕਰਦੇ ਹਨ ਕਿ ਸੱਚਮੁੱਚ ਲਾਜ਼ਰ ਮੁਰਦਾ ਜ਼ਿੰਦਾ ਹੋ ਗਿਆ। ਔਰ ਪਰਮੇਸ਼ੁਰ ਸੱਚਮੁੱਚ ਇਹ ਤੁਹਾਡੇ ਸ਼ਬਦਾਂ ਦੇ ਨਾਲ ਹੋਇਆ, ਤੁਸੀਂ ਹੁਕਮ ਦਿੱਤਾ ਕਿ ਲਾਜ਼ਰ ਬਾਹਰ ਆ ਜਾ। ਸੱਚਮੁੱਚ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਮੇਰੇ ਮਹਾਨ ਪਰਮੇਸ਼ੁਰ ਜੀ ਸੱਚਮੁੱਚ ਅੱਜ ਲੋਕ ਪਰਮੇਸ਼ੁਰ ਤੁਹਾਡੇ ਨਾਲ ਸ਼ਬਦਾਂ ਨੂੰ ਇਸਤੇਮਾਲ ਕਰਨ ਵਾਲੇ ਬਣ ਜਾਣ ਤਾਂ ਜੋ ਆਪਣੇ ਜੀਵਨ ਦੇ ਵਿੱਚੋਂ ਹਰੇਕ ਹਾਲਾਤ ਨੂੰ ਖਤਮ ਕਰ ਸਕਣ। ਸੱਚਮੁੱਚ ਹਰੇਕ ਬੰਦ ਬਰਕਤ ਨੂੰ ਖੁਦਾ ਬਾਬਾ ਆਪਣੇ ਜੀਵਨ ਦੇ ਵਿੱਚ ਖੋਲ ਸਕਣ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ ਦੇ ਵਿੱਚ, ਕਿਉਂ ਜੋ ਪਰਮੇਸ਼ੁਰ ਸੱਚਮੁੱਚ ਤੁਹਾਡੇ ਵਚਨ ਯਹੂੰਨਾ 7 ਦੀ 38 ਦੇ ਵਿੱਚ ਲਿਖਿਆ, ਜੇ ਕੋਈ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਸਦੇ ਅੰਦਰੋਂ ਵਗਣਗੀਆਂ। ਸੱਚਮੁੱਚ ਪਰਮੇਸ਼ੁਰ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਜੋ ਲੋਕ ਤੁਹਾਡੇ ਉੱਪਰ ਵਿਸ਼ਵਾਸ ਰੱਖਦੇ ਹਨ, ਨਿਸ਼ਚਾ ਰੱਖਦੇ ਹਨ, ਤੁਸੀਂ ਕਿਹਾ ਹੈ ਕਿ ਤੁਹਾਡੇ ਵਚਨ ਦੀਆਂ ਸੱਚਮੁੱਚ ਉਹਨਾਂ ਦੇ ਅੰਦਰੋਂ ਨਦੀਆਂ ਵਗਣਗੀਆਂ। ਤੁਸੀਂ ਕਿਹਾ ਉਹਨਾਂ ਦੇ ਅੰਦਰੋਂ ਅੰਮ੍ਰਿਤ ਜਲ ਦੀਆਂ ਨਦੀਆਂ ਵਗਣਗੀਆਂ। ਸੱਚਮੁੱਚ ਪਰਮੇਸ਼ੁਰ ਇਹਨਾਂ ਦੇ ਸ਼ਬਦਾਂ ਦੇ ਵਿੱਚ ਸਮਰਥਾ ਹੋਵੇਗੀ। ਔਰ ਮੇਰਾ ਵਿਸ਼ਵਾਸ ਹੈ ਖੁਦਾ ਬਾਬੇ ਲੋਕ ਕੇਵਲ ਤੁਹਾਡੇ ਉੱਪਰ ਵਿਸ਼ਵਾਸ ਰੱਖਣ, ਨਾ ਕਿ ਸੱਚਮੁੱਚ ਕਿਸੇ ਇਨਸਾਨ ਦੇ ਉੱਪਰ। ਸਿਰਫ ਪ੍ਰਭੂ ਇਹ ਲੋਕ ਤੁਹਾਡੇ ਕਲਾਮ ਦੇ ਉੱਪਰ ਵਿਸ਼ਵਾਸ ਰੱਖਣ ਵਾਲੇ ਬਣ ਜਾਣ ਯਿਸੂ ਦੇ ਨਾਮ 'ਚ, ਕਿਉਂ ਜੋ ਤੁਹਾਡੇ ਵਚਨ ਰੋਮੀਆਂ 10:11 ਦੇ ਵਿੱਚ ਲਿਖਿਆ, ਧਰਮ ਪੁਸਤਕ ਇਉਂ ਕਹਿੰਦੀ ਹੈ, ਭਾਈ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਲੱਜਿਆਵਾਨ ਨਾ ਹੋਵੇਗਾ। ਸੱਚਮੁੱਚ ਪ੍ਰਭੂ ਜੋ ਲੋਕ ਤੁਹਾਡੇ ਉੱਪਰ ਵਿਸ਼ਵਾਸ ਰੱਖਦੇ ਹਨ, ਤੁਹਾਡਾ ਕਲਾਮ ਦੱਸਦਾ ਹੈ ਕਿ ਉਹ ਕਦੇ ਵੀ ਸ਼ਰਮਿੰਦੇ ਨਹੀਂ ਹੁੰਦੇ, ਉਹ ਕਦੇ ਵੀ ਲੱਜਿਆਵਾਨ ਨਹੀਂ ਹੁੰਦੇ। ਮੇਰਾ ਵਿਸ਼ਵਾਸ ਹੈ ਲੋਕ ਖੁਦਾ ਬਾਪ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ। ਸੱਚਮੁੱਚ ਤੁਸੀਂ ਇਹਨਾਂ ਨੂੰ ਉਹ ਆਤਮਾ ਦਿੱਤਾ ਹੈ ਜਿਸ ਸਰੀਰ ਨੇ ਬੋਲਿਆ ਸੀ, ਸੱਚਮੁੱਚ ਇਸ ਅੰਜੀਰ ਦੇ ਪੇੜ ਨੂੰ ਅੱਜ ਤੋਂ ਫਲ ਨਹੀਂ ਲੱਗਣਗੇ। ਪਰਮੇਸ਼ੁਰ ਸੱਚਮੁੱਚ ਤੁਹਾਡੇ ਕਲਾਮ ਦੇ ਵਿੱਚ ਲਿਖਿਆ, ਉਹ ਅੰਜੀਰ ਦਾ ਬ੍ਰਿਸ਼ ਉਸੇ ਪਲ ਸੁੱਕ ਗਿਆ ਔਰ
ਖੁਦਾ ਬਾਬ ਤੁਸੀਂ ਇਹਨਾਂ ਨੂੰ ਉਹੀ ਸਮਰਥੀ ਆਤਮਾ ਦਿੱਤਾ ਹੈ। ਸੱਚਮੁੱਚ ਮੇਰੇ ਜ਼ਿੰਦਾ ਪਰਮੇਸ਼ੁਰ ਜੀ, ਜਿਸ ਆਤਮਾ ਦੀ ਸਹਾਇਤਾ ਦੇ ਨਾਲ ਮੂਸਾ ਨੇ ਲਾਲ ਸਮੁੰਦਰ ਦੇ ਦੋ ਭਾਗ ਕੀਤੇ ਸੀ, ਸੱਚਮੁੱਚ ਪਰਮੇਸ਼ੁਰ ਤੁਸੀਂ ਉਹੀ ਆਤਮਾ ਅੱਜ ਆਪਣੇ ਬੱਚਿਆਂ ਨੂੰ ਪ੍ਰਦਾਨ ਕੀਤਾ ਹੈ। ਅੱਜ ਪਰਮੇਸ਼ੁਰ ਉਸ ਆਤਮਾ ਦੀ ਸਹਾਇਤਾ ਦੇ ਨਾਲ ਇਹ ਆਪਣੇ ਜੀਵਨਾਂ ਦੇ ਵਿੱਚੋਂ ਹਰੇਕ ਬੁਰਿਆਈ ਨੂੰ ਖਤਮ ਕਰ ਸਕਣ, ਹਰੇਕ ਦੁਸ਼ਟ ਆਤਮਾਵਾਂ ਨੂੰ ਖਤਮ ਕਰ ਸਕਣ। ਪਰਮੇਸ਼ੁਰ ਤੁਹਾਡੇ ਆਤਮਾ ਨੂੰ ਸੱਚਮੁੱਚ ਖੁਦਾ ਬਾਬਾ ਆਪਣੇ ਅੰਦਰ ਰੱਖਣ, ਇਹਨਾਂ ਦੇ ਅੰਦਰ ਕਦੇ ਵੀ ਪਾਪ ਨਾ ਆਵੇ। ਸੱਚਮੁੱਚ ਤੁਹਾਡੇ ਵਚਨ ਦੇ ਵਿੱਚ ਲਿਖਿਆ ਕਿ ਸੂਬੇਦਾਰ ਦਾ ਨੌਕਰ ਖੁਦਾ ਬਾਬ ਸੱਚਮੁੱਚ ਬਿਮਾਰ ਸੀ। ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਖੁਦਾ ਬਾਬ ਹੁਕਮ ਦਿੱਤਾ ਕਿ ਜਾ, ਤੇਰਾ ਨੌਕਰ ਚੰਗਾ ਹੈ। ਔਰ ਸੱਚਮੁੱਚ ਸੂਬੇਦਾਰ ਦਾ ਨੌਕਰ ਉਸੇ ਘੜੀ ਪਲ ਚੰਗਾ ਹੋ ਗਿਆ। ਪਰਮੇਸ਼ੁਰ ਸੱਚਮੁੱਚ ਇਸੇ ਤਰ੍ਹਾਂ ਦਾ ਵਿਸ਼ਵਾਸ ਇਹਨਾਂ ਦੇ ਅੰਦਰ ਠਹਿਰ ਜਾਵੇ। ਔਰ ਮੇਰਾ ਵਿਸ਼ਵਾਸ ਹੈ ਖੁਦਾ ਬਾਬ ਅੱਜ ਤੋਂ ਆਪਣੇ ਸ਼ਬਦਾਂ ਨੂੰ ਗਲਤ ਨਹੀਂ ਬਲਕਿ ਸਹੀ ਇਸਤੇਮਾਲ ਕਰਨ ਵਾਲੇ ਬਣ ਚੁੱਕੇ ਹਨ। ਇਹ ਵਿਸ਼ਵਾਸ ਦੇ ਨਾਲ ਆਪਣੇ ਜੀਵਨ ਦੇ ਵਿੱਚੋਂ ਖੁਦਾ ਬਾਬ ਸੱਚਮੁੱਚ ਹਰੇਕ ਕੰਮ ਨੂੰ ਕਰਨਗੇ ਔਰ ਸਫਲ ਹੋ ਜਾਣਗੇ ਯਿਸੂ ਦੇ ਨਾਮ 'ਚ। ਔਰ ਜੋ ਲੋਕ ਆਜ਼ਾਮੀਨ ਬੋਲ ਰਹੇ ਹਨ, ਜ਼ਾਮੀਨ ਲਿਖ ਰਹੇ ਹਨ, ਪ੍ਰਭੂ ਜੀ ਮੇਰਾ ਵਿਸ਼ਵਾਸ ਹੈ ਉਹਨਾਂ ਦੇ ਮੂੰਹ ਦੇ ਸ਼ਬਦਾਂ ਦੇ ਅੰਦਰ ਸਮਰਥ ਅੱਜ ਠਹਿਰ ਚੁੱਕੀ ਹੈ ਯਿਸੂ ਦੇ ਨਾਮ 'ਚ। ਔਰ ਪ੍ਰਭੂ ਜੋ ਲੋਕ ਇਸ ਪ੍ਰਾਰਥਨਾ ਨੂੰ ਬਹੁਤ ਸਾਰੇ ਲੋਕਾਂ ਤੱਕ ਪਹੁੰਚਾ ਕੇ ਤੁਹਾਡੀ ਰਾਜ ਦੇ ਸੇਵਾ ਦੇ ਕੰਮਾਂ ਨੂੰ ਕਰਦੇ ਹਨ, ਮੇਰੇ ਮਹਾਨ ਪਰਮੇਸ਼ੁਰ ਦੇ ਵਿੱਚ ਤੁਸੀਂ ਕਿਹਾ ਹੈ ਮਸੀਹ 'ਚ ਕੀਤੀ ਮਿਹਨਤ ਵਿਅਰਥ ਨਹੀਂ ਜਾਵੇਗੀ, ਇਸ ਮਿਹਨਤ ਦੇ ਨਾਲ ਫਲ ਮਿਲ ਚੁੱਕਾ ਹੈ। ਔਰ ਪ੍ਰਭੂ ਜੋ ਲੋਕ ਸੱਚਮੁੱਚ ਇਸ ਪ੍ਰਾਰਥਨਾ ਦੌਰਾਨ ਖੁਦਾ ਬਾਬ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਦੇ ਵਿੱਚੋਂ ਤੁਹਾਡੇ ਰਾਜ ਲਈ ਬੀਜ ਰਹੇ ਹਨ, ਮੇਰੇ ਮਹਾਨ ਪਰਮੇਸ਼ੁਰ ਜੀ ਸੱਚਮੁੱਚ ਤੁਸੀਂ ਜਾਣਦੇ ਹੋ ਖੁਦਾ ਬਾਬ ਇਹ ਲੋਕਾਂ ਨੇ ਬੀਜ ਬੀਜਿਆ ਹੈ, ਤੁਹਾਡੇ ਕੋਲੋਂ ਕੁਝ ਵੀ ਛੁਪਿਆ ਹੋਇਆ ਨਹੀਂ ਹੈ। ਜਿਸ ਕਮਾਈ ਦੇ ਵਿੱਚੋਂ ਇਹ ਬੀਜ ਆਇਆ ਤੁਸੀਂ ਉਸ ਕਮਾਈ ਨੂੰ ਜਾਣਦੇ ਹੋ। ਮੇਰੇ ਜ਼ਿੰਦਾ ਪਰਮੇਸ਼ੁਰ ਜੀ ਸੱਚਮੁੱਚ ਮੈਂ ਪ੍ਰਾਰਥਨਾ ਕਰਦਾ ਉਸ ਕਮਾਈ ਦੇ ਉੱਪਰ ਤੁਹਾਡੀ ਹਜ਼ਾਰ ਗੁਣਾ ਬਰਕਤ ਠਹਿਰ ਜਾਵੇ। ਜਿਸ ਹੱਥਾਂ ਨੇ ਬੀਜਿਆ ਹੈ ਉਹਨਾਂ ਹੱਥਾਂ ਦੇ ਕੰਮਾਂ ਦੇ ਉੱਪਰ ਬਰਕਤ ਆਵੇ। ਜਿਸ ਮਨ ਦੇ ਨਾਲ ਬੀਜਿਆ ਹੈ ਉਸ ਮਨ ਦੀ ਪੈਲੀ ਦੇ ਅੰਦਰ ਬਹੁਤਾਇਤ ਦੇ ਨਾਲ ਬੁੱਧੀ ਸਮਝ ਆਵੇ। ਔਰ ਪਰਮੇਸ਼ੁਰ ਤੁਸੀਂ ਦੇ ਚੁੱਕੇ ਜੇ ਮੇਰੇ ਮਹਾਨ ਪ੍ਰਭੂ ਜੋ ਲੋਕ ਪੜ੍ਹਾਈ ਲਈ ਕੰਮਾਂ ਲਈ ਘਰਾਂ ਤੋਂ ਨਿਕਲ ਰਹੇ ਹਨ, ਰਸਤਿਆਂ 'ਚ ਹਨ, ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਕਿ ਉਹ ਸਹੀ ਸਲਾਮਤ ਆਪਣੇ ਘਰਾਂ 'ਚ ਵਾਪਸ ਆਉਣ। ਧੰਨਵਾਦ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣ ਕੇ ਇਹਨਾਂ ਦੇ ਮੂੰਹ ਦੇ ਸ਼ਬਦਾਂ ਦੇ ਵਿੱਚ ਸਮਰਥਾ ਦਿੱਤੀ। ਧੰਨਵਾਦ ਕਰਦਾ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਅਤੇ ਸਮਰਥੀ ਨਾਮ 'ਚ ਮੰਗਦੇ ਹਾਂ, ਆਮੇਨ।